ਸੋਸ਼ਲ ਮੀਡੀਆ ਤੇ ਜੁੜੇ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਸਾਰਿਆਂ ਨੇ ਹੀ ਦੇਖਿਆ ਹੋਣਾ ਵੀ ਪਿਛਲੇ ਦਿਨਾਂ ਦੇ ਵਿੱਚ ਸੋਸ਼ਲ ਮੀਡੀਆ ਤੇ ਜੋ ਐਂਟੀ ਗੈਂਗਸਟਰ ਇੱਕ ਮੁਹਿੰਮ ਚੱਲੀ ਹੈਗੀ ਪੰਜਾਬ ਦੇ ਵਿੱਚ ਉਹ ਬੜੀ ਸਰਗਰਮੀ ਦੇ ਨਾਲ ਜਿਹੜੇ ਪੁਲਿਸ ਐਕਸ਼ਨ ਹੋ ਰਹੇ ਹਨ ਜਦੋਂ ਤੋਂ ਜੀਪੀ ਗਰੇਵਾਲ ਦੇ ਉੱਤੇ ਫਾਇਰਿੰਗ ਹੋਈ ਹੈ ਕੈਨੇਡਾ ਦੇ ਵਿੱਚ ਤੇ ਉਸ ਤੋਂ ਪਿੱਛੋਂ ਇੱਕ ਦੋ ਜੋ ਇਨਸੀਡੈਂਟ ਹੋਏ ਸਨ ਉਹ ਪੰਜਾਬ 'ਚ ਵੀ ਹੋਏ ਤੇ ਉਸ ਤੋਂ ਪਿੱਛੋਂ ਰਾਜਸਥਾਨ ਦੇ ਵਿੱਚ ਇੱਕ ਇਨਸੀਡੈਂਟ ਹੋਇਆ ਉੱਥੇ ਵੀ ਇੱਕ ਕਤਲ ਹੋਇਆ ਤੇ ਪੰਜਾਬ ਦੇ ਵਿੱਚ ਪੁਲਿਸ ਨੇ ਬੜੀ ਸਖਤਾਈ ਦੇ ਨਾਲ ਇੱਕ ਮੁਹਿੰਮ ਸ਼ੁਰੂ ਕੀਤੀ ਹੈ ਆਲਮੋਸਟ ਹਰ ਰੋਜ਼ ਹੀ ਇੱਕ ਦਾ ਕੋਈ ਨਾ ਕੋਈ ਨਾਮੀ ਜੋ ਗੈਂਗਸਟਰ ਨੇ ਬਹੁਤ ਕਹਿੰਦੇ ਨੇ ਮੁੰਡੇ ਆਪਣੇ ਨੌਜਵਾਨ ਉਹਨਾਂ ਦੇ ਉੱਤੇ ਐਕਸ਼ਨ ਹੋ ਰਿਹਾ ਹੈ ਤੇ ਦੋ ਦੋ ਤਿੰਨ ਤਿੰਨ ਦੇ ਗਰੁੱਪ ਫੜੇ ਜਾ ਰਹੇ ਨੇ ਹਥਿਆਰਾਂ ਦੇ ਨਾਲ ਤੇ ਪੁਲਿਸ ਦੇ ਉੱਤੇ ਜੇ ਫਾਇਰਿੰਗ ਹੁੰਦੀ ਹੈ ਤਾਂ ਪੁਲਿਸ ਜਵਾਬੀ ਫਾਇਰ ਵੀ ਕਰਦੀ ਹੈ ਸੋ ਇੱਕ ਦੋ ਦੇ ਤਾਂ ਇੱਕ ਦੋ ਤਾਂ ਮੌਤ ਦੇ ਘਾਟਦਾਰ ਨਤ ਗਏ ਨੇ ਤੇ ਦੂਜੇ ਤਕਰੀਬਨ 10 ਤੋਂ 15 ਤੱਕ ਉਹਨੇ ਜਿਹੜੇ ਫੜੇ ਗਏ ਨੇ ਤੇ ਚਾਰ ਪੰਜ ਦੇ ਗੋਡਿਆਂ ਵਿੱਚ ਜਾਂ ਪੈਰਾਂ ਦੇ ਵਿੱਚ ਗੋਲੀਆਂ ਵੀ ਲੱਗੀਆਂ ਨੇ ਸੋ ਹਰ ਰੋਜ਼ ਕੋਈ ਕਿਸੇ ਨਾ ਕਿਸੇ ਜ਼ਿਲ੍ਹੇ ਦੀ ਪੁਲਿਸ ਹੈਗੀ ਜਿਹੜੀ ਉਹ ਕਿਸੇ ਨੂੰ ਕਿਸੇ ਗੈਂਗਸਟਰ ਨੂੰ ਨਾਮੀ ਨੂੰ ਕਾਬੂ ਕਰ ਰਹੀ ਹੈ। ਸੋ ਹੈ ਤਾਂ ਉਹ ਵੀ ਸਾਡੇ ਹੀ ਨੌਜਵਾਨ ਨੇ ਪੜਕੇ ਹੋਏ ਨੇ। ਤੇ ਜਦੋਂ ਉਹਨਾਂ ਦੀ ਮੌਤ ਹੁੰਦੀ ਹੈ ਜਾਂ ਐਦਾਂ ਦਾ ਇਨਸੀਡੈਂਟ ਹੁੰਦਾ ਤਾਂ ਉਹਨਾਂ ਦੇ ਮਾਪਿਆਂ ਨੂੰ ਤਾਂ ਬੜਾ ਦੁੱਖ ਪਹੁੰਚਦਾ ਚਾਹੇ ਪਹਿਲਾਂ ਉਹ ਜਿੰਨੇ ਮਰਜ਼ੀ ਉਹਨਾਂ ਨੂੰ ਤੰਗ ਹੋਣ ਬੇਦਖਲ ਕੀਤਾ ਹੋਵੇ ਉਹਨਾਂ ਨੂੰ ਕੁਝ ਵੀ ਹੋਵੇ। ਪਰ ਜਦੋਂ Laash ਘਰੇ ਪਹੁੰਚਦੀ ਹੈ ਤਾਂ ਸਾਹਮਣੇ ਆਪਣਾ ਬੱਚਾ ਮਰਿਆ ਦੇਖ ਕੇ ਉਹ ਸਾਰਾ ਕੁਝ ਭੁੱਲ ਜਾਂਦੇ ਨੇ ਵੀ ਇਹ ਗਲਤ ਕੰਮ ਲੱਗਿਆ ਸੀ ਐਸੀਨਸ ਨੂੰ ਪੇੜ ਦਖਲ ਕੀਤਾ ਸੀ ਫਿਰ ਸਿਰ ਉਸ ਨੂੰ ਉਹਨਾਂ ਨੂੰ ਆਪਣਾ ਉਹ ਬੱਚਾ ਦਿਖਦਾ ਜਿਹੜਾ ਉਹਨਾਂ ਨੇ ਜੰਮ ਕੇ ਪਾਲ ਕੇ ਵੱਡਾ ਕੀਤਾ ਹੁੰਦਾ ਸੋ ਮੇਰੀ ਇਹ ਨੌਜਵਾਨਾਂ ਨੂੰ ਵੀ ਇੱਕ ਮਤਲਬ ਮੈਂ ਸੁਝਾ ਦਿੰਨਾ ਹੈ ਵੀ ਇਹੋ ਜਿਹੇ ਕੰਮਾਂ ਤੋਂ ਬਚ ਕੇ ਰਹੋ ਆਪਣੀ ਵਧੀਆ ਜ਼ਿੰਦਗੀ ਜੋ ਆਪ ਸੌਖੇ ਰੋ ਆਪਣੇ ਮਾਪੇ ਮਾਂ ਬਾਪ ਭੈਣ ਭਰਾਵਾਂ ਨਾਲ ਵੀ ਸੌਖੇ ਰੱਖੋ ਬਾਕੀ ਆ ਕੈਨੇਡਾ ਦੇ ਵਿੱਚ ਤਕਰੀਬਨ ਹਫ਼ਤੇ ਦੇ ਵਿੱਚ ਇੱਕ ਅਦਾ ਇਨਸੀਡੈਂਟ ਫਾਇਰਿੰਗ ਦਾ ਹੋ ਰਿਹਾ ਹੈ ਕੱਲ ਵੀ ਕਿਸੇ ਦੇ ਘਰ ਦੇ ਉੱਤੇ ਫਾਇਰਿੰਗ ਕੀਤੀ ਗਈ ਹੈ ਬਰੈਂਟਨ ਦੇ ਵਿੱਚ ਤੇ ਉਸ ਦੇ ਗੱਡੀ 'ਚ ਵੀ ਗੋਲੀਆਂ ਲੱਗੀਆਂ ਸੀਗੀਆਂ ਪੰਜ ਚਾਰ ਤੇ ਘਰ ਦੇ ਵਿੱਚ ਵੀ ਲੱਗੀਆਂ ਸਨ ਸੋ ਇਸ ਹਿਸਾਬ ਨਾਲ ਤਾਂ ਲੱਗਦਾ ਹੈ ਵੀ ਕੈਨੇਡਾ ਦੇ ਵਿੱਚ ਲੋਕਾਂ ਨੂੰ ਬੁਲੇਟ ਪ੍ਰੂਫ ਘਰਾਂ ਦੀਆਂ ਖਿੜਕੀਆਂ ਤੇ ਇੰਗਲੈਂਡ ਵਾਂਗੂ ਇੱਟਾਂ ਦੇ ਘਰ ਬਣਾਉਣੇ ਪੈਣੇ ਨੇ ਕਿਉਂਕਿ ਜਿਹੜਾ ਕੱਲ ਵਾਲਾ ਇਨਸੀਡੈਂਟ ਹੈਗਾ ਉਹ ਭਰਾ ਇੱਕ ਕੋਈ ਟਰੱਕ ਡਰਾਈਵਰ ਹੈਗਾ ਉਹ ਵਿਖਾਈ ਜਾਂਦਾ ਸੀ ਉਸਦੇ ਲੱਕੜ ਦੇ ਘਰ ਨੇ ਤੇ ਗੋਲੀਆਂ ਵਿੱਚੋਂ ਲੰਘ ਕੇ ਅੰਦਰ ਤੱਕ ਜਾਵੜੀਆਂ ਨੇ ਸੋ ਬੁਲੇਟ ਪ੍ਰੂਫ ਗੱਡੀ ਦਾ ਬੰਦਾ ਕਰਾ ਲੇਗਾ ਤੇ ਇਹ ਲੱਗਦਾ ਹੈ ਕੈਨੇਡਾ ਦੇ ਹਾਲਾਤਾਂ ਨਾਲ ਤਾਂ ਵੀ ਉੱਥੇ ਤਾਂ ਘਰ ਵੀ ਬੁਲੇਟ ਪ੍ਰੂਫ ਕਰਾਉਣੇ ਪੈਣੇ ਨੇ ਕਿਉਂਕਿ ਬੰਦਾ ਤਾਂ ਬਾਹਰ ਪੰਗੇ ਪੁੰਗੇ ਲੰਦਾ ਹੁੰਦਾ ਹੈ ਉਹਦਾ ਚਲੋ ਉਹਨੂੰ ਪਤਾ ਹੁੰਦਾ ਵੀ ਇਹ ਕੰਮ ਹੋ ਸਕਦਾ ਹੈ ਹੁਣ ਬੱਚਿਆਂ ਨੇ ਇਹ ਚੀਜ਼ਾਂ ਨਹੀਂ ਦੇਖੀਆਂ ਹੁਣ ਦੱਸ ਰਿਹਾ ਸੀ ਵੀ ਮੇਰੇ ਬੱਚੇ ਇਹਨੇ ਅਫਸਰ ਨੇ ਖਾਸ ਕਰਕੇ ਉਸ ਦੀ ਬੇਟੀ ਨੇ ਖਿੜਕੀ ਦੇ ਵਿੱਚੋਂ ਫਾਇਰਿੰਗ ਹੁੰਦੀ ਦੇਖੀ ਹੈ ਤੇ ਉਹ ਬੱਚਾ ਬਿਲਕੁਲ ਮੈਂਟਲੀ ਡਿਸਟਰਬ ਹੋ ਗਿਆ ਸੋ ਇਦਾਂ ਦੇ ਇਹ 5-7 ਇਨਸੀਡੈਂਟ ਪਿਛਲੇ 2 ਮਹੀਨਿਆਂ ਦੇ ਵਿੱਚ ਕੈਨੇਡਾ ਦੇ ਵਿੱਚ ਹੋ ਗਏ ਨੇ ਜਿੱਥੇ ਵੱਖ-ਵੱਖ ਜਗ੍ਹਾ ਵੱਖ-ਵੱਖ ਘਰਾਂ ਦੇ ਉੱਤੇ ਫਾਇਰਿੰਗ ਕੀਤੀ ਗਈ ਹੈ ਤੇ ਇੱਕ ਦੋ ਜਗ੍ਹਾ ਤਾਂ ਸ਼ਾਇਦ ਮਿਸ ਆਇਡੈਂਟੀਟੀ ਦੇ ਨਾਲ 2-3 ਫੈਮਿਲੀ ਮੈਂਬਰਾਂ ਦਾ ਕਤਲ ਵੀ ਹੋ ਗਿਆ ਤੇ ਪਹਿਲਾਂ 2 ਹਫ਼ਤੇ ਪਹਿਲਾਂ ਵੀ ਇੱਕ ਨੌਨ ਜਿਹੜਾ ਗੈਂਗਸਟਰ ਸੀਗਾ ਉਹ ਮਾਰਿਆ ਗਿਆ ਤੇ ਨਾਲ ਉਸ ਦਾ 11 ਸਾਲ ਦਾ ਬੱਚਾ ਵੀ ਮਾਰਿਆ ਗਿਆ ਸੋ ਇਦਾਂ ਦੇ ਜੋ ਇਨਸੀਡੈਂਟ ਹੋ ਰਹੇ ਨੇ ਇਹ ਕੋਈ ਸਾਡੀ ਕਮਿਊਨਿਟੀ ਵਾਸਤੇ ਕੋਈ ਜ਼ਿਆਦਾ ਨਾ ਤਾਂ ਸ਼ੋਭਾ ਵਾਲੇ ਹੈ ਤੇ ਨਾ ਹੀ ਇਹ ਕੋਈ ਮੁਲਕ ਦੇ ਵਿੱਚ ਵਧੀਆ ਇੰਪੈਕਟ ਛੱਡ ਰਹੇ ਨੇ ਤੇ ਇਸ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਇਮੀਗ੍ਰੇਸ਼ਨ ਦੇ ਵਿੱਚ ਕਾਫੀ ਚੇਂजेस ਆਉਣ ਦੀ ਸੰਭਾਵਨਾ ਹੈਗੀ ਹੈ ਸੋ ਇਹ ਸਾਰੀ ਸਾਨੂੰ ਸਮਝਣਾ ਚਾਹੀਦਾ ਹੈ ਬਾਕੀ ਸਿੱਧੂ ਮੂਸੇਵਾਲੇ ਦਾ ਕੇਸ ਜੋ ਹੈਗਾ ਉਹ ਕੋਰਟ ਦੇ ਵਿੱਚ ਚਲਾਨ ਉਨ੍ਹਾਂ ਦੇ ਪੇਸ਼ ਹੁਣੇ ਸ਼ੁਰੂ ਹੋ ਗਏ ਨੇ ਪਿਛਲੀ ਤਰੀਕ ਦੇ ਉੱਤੇ ਜੋ ਜਗੂ ਭਗਵਾਨਪਰੀਆ ਤੇ ਲਾਰੈਂਸ ਬਿਸ਼ਨੋਈ ਦਾ ਵਕੀਲ ਸੀ ਉਸਨੇ ਮਾਨਸਾ ਕੋਰਟ ਦੇ ਵਿੱਚ ਆਪਣਾ ਪੱਖ ਪੇਸ਼ ਕੀਤਾ ਇਹਨਾਂ ਵੱਲੋਂ ਤੇ ਉਹਨਾਂ ਨੇ ਕਿਹਾ ਵੀ ਜੋ ਲਾਰੈਂਸ ਹੈਗਾ ਜਾਂ ਜਗੂ ਦੇ ਵਕੀਲ ਨੇ ਕਿਹਾ ਜੱਗੂ ਹੈਗਾ ਵੀ ਉਹਨਾਂ ਦਾ ਮੂਸੇ ਵਾਲੇ ਨੂੰ ਕਤਲ ਕਰਨ ਦੇ ਵਿੱਚ ਕੋਈ ਹੱਥ ਨਹੀਂ ਹੈਗਾ ਕਿਉਂਕਿ ਇਹ ਤਾਂ ਉਸ ਟਾਈਮ ਬੰਦੇ ਤਿਹਾਰਡ ਜੇਲ੍ਹ ਦੇ ਵਿੱਚ ਬੰਦ ਸਨ ਦੋਨੇ ਤੇ ਉੱਥੋਂ ਇਹ ਕੋਈ ਵੀ ਉਸ ਨੂੰ ਮਾਰਨ ਦੀ ਸਾਜ਼ਿਸ਼ ਨਹੀਂ ਕਰ ਸਕਦੇ ਤੇ ਹੁਣ ਮਤਲਬ ਪਹਿਲਾਂ ਤੁਸੀਂ ਦੇਖਿਆ ਹੀ ਹੈ ਵੀ ਇੰਟਰਵਿਊ ਦੇ ਵਿੱਚ ਇਹਨਾਂ ਦੀਆਂ ਸੋਸ਼ਲ ਮੀਡੀਆ ਤੇ ਜ਼ਿੰਮੇਵਾਰੀਆਂ ਸਾਰਾ ਕੁਝ ਆਇਆ ਹੋਇਆ ਹੈ ਪਰ ਹੁਣ ਉਹ ਸਟੇਜ ਆ ਗਈ ਵੀ ਇਹਨਾਂ ਨੇ ਲੀਗਲ ਤੌਰ ਦੇ ਉੱਤੇ ਡਿਨਾਈ ਕਰਨਾ ਸ਼ੁਰੂ ਕਰਤਾ ਹੈ ਵੀ ਸਾਡੇ ਜੋ ਕਲਾਇੰਟ ਹੈਗੇ ਨੇ ਉਹਨਾਂ ਦਾ ਇਸ ਦੇ ਵਿੱਚ ਕੋਈ ਹੱਥ ਨਹੀਂ ਹੈਗਾ ਉਸ ਨੂੰ ਮਾਰਨ ਦੇ ਵਿੱਚ ਕਿਉਂਕਿ ਲੱਗਦਾ ਹੈ ਵੀ ਇਹਨਾਂ ਦੇ ਕੇਸਾਂ ਦੇ ਵਿੱਚ ਜਿਹੜੇ ਬੰਦੇ ਫੜੇ ਹੋਏ ਨੇ ਇਹਨਾਂ ਦੇ ਚਲਾਨ ਹੁਣ ਪੇਸ਼ ਹੋਏ ਵੀ ਨੇ ਤੇ ਇਹਨਾਂ ਨੂੰ ਬਹੁਤ ਜਲਦੀ ਕੇਸ ਚੱਲਣਗੇ ਤੇ ਸਜ਼ਾਾਂ ਵੀ ਇਹਨਾਂ ਨੂੰ ਸਖਤ ਹੋਣਗੀਆਂ ਹੋ ਸਕਦਾ ਹੈ ਵੀ ਹੇਠਲੀ ਕੋਰਟ ਤੋਂ ਫਾਂਸੀ ਦੀਆਂ ਸਜ਼ਾਾਂ ਤੱਕ ਵੀ ਹੋ ਸਕਦੀਆਂ ਨੇ ਐਸੇ ਕਰਕੇ ਜਿਹੜੇ ਵਕੀਲ ਹੈਗੇ ਨੇ ਉਹਨਾਂ ਨੇ ਆਪਣਾ ਜੋ ਡਿਫੈਂਸ ਦਾ ਤਰੀਕਾ ਸੀਗਾ ਉਹ ਬਿਲਕੁਲ ਚੇਂਜ ਕਰ ਲਿਆ ਹੈਗਾ ਉਹਨਾਂ ਨੇ ਡਰਾਈ ਕਰਨਾ ਸ਼ੁਰੂ ਕਰ ਦਿੱਤਾ ਹੈਗਾ ਸੋ ਦੇਖੋ ਅੱਗੇ ਅੱਗੇ ਕੀ ਹੁੰਦਾ ਹੁਣ ਜਦੋਂ ਟਰਾਈਲ ਚੱਲੇਗਾ ਫਿਰ ਪਤਾ ਲੱਗੇਗਾ ਇਸ ਦੀ ਆਊਟਕਮ ਤਾਂ ਕਿਉਂਕਿ ਐਦਾਂ ਦੇ ਕੇਸ ਜਿਹੜੇ ਹੁੰਦੇ ਨੇ ਹਾਈ ਪ੍ਰੋਫਾਈਲ ਕੇਸ ਆ ਸਿੱਧੂ ਮੂਸੇਵਾਲੇ ਦਾ ਬਹੁਤ ਤੇ ਇਸ ਦੇ ਵਿੱਚ ਜੇ ਕੋਈ ਫਾਂਸੀ ਦੀ ਸਜ਼ਾ ਵੀ ਹੋਈ ਤਾਂ ਉਹ ਚਾਹੇ ਅਪੀਲ ਵੀ ਪੈਂਦੀ ਜਾਊਗੀ ਅੱਗੇ ਤੋਂ ਅੱਗੇ ਹਰ ਕੋਰਟ ਦੇ ਵਿੱਚ ਪਰ ਉਹ ਬੜੀ ਛੇਤੀ ਡਿਸਾਈਡ ਹੁੰਦੀ ਜਾਊਗੀ ਤੇ ਬਹੁਤ ਜਲਦੀ ਇਹਨਾਂ ਨੂੰ ਮਤਲਬ ਸਜ਼ਾਾਂ ਸਖਤ ਤੇ ਸਖਤ ਮਿਲ ਸਕਦੀਆਂ ਨੇ ਸੋ ਉਸੇ ਕਰਕੇ ਇਹਨਾਂ ਦੇ ਜੋ ਵਕੀਲ ਨੇ ਉਹ ਬਚਾਓ ਫਖ ਦੇ ਵਿੱਚ ਆ ਗਏ ਨੇ ਤੇ ਬਾਕੀ ਦੇਖੋਗੇ ਪਤਾ ਚੱਲੇਗਾ ਥੈਂਕ ਯੂ